सत श्री अकाल जी। साडे वालों जाने के संघा फैमिली वालों अज आप आए हाँ साढ़े ही लागे खूह दे ते अज तुहानू दिखाउण जांदे ही आपां खंड ते खाने हाँ भी जिहड़ा देसी पहलां गुड़ बणदा हुंदा सी किदां बणदा। थोड़ा जिहा आपां हो गया लेट उहदा मैं तुहानू सारा प्रोसीजर दस देना। आ इंजन लगा आ हैगा जिद्दां मतलब जिहड़ा बेलना हुंदा इधर दी आपां गन्ना जिद्दां एक मिनट तुहानू दसदा इधर दी इदा गन्ना जिदा बिच पाउणा जिदा छोटे गन्ने ते आ जदों गेड़ी गैनी इंजन दे नाल आ वैद इंजन नाल पटा चढ़ जांदा हुंदा इत्थों रास होणी आ ते आ पीपे आपां भरने आ पीपे भर के बाद दे विच इहदे विच आउणा जी इदा आ रास आ गई जिहड़ी आम आपां दुकानां ते वी पीने इहनूं चुब्बा कहिंदे फिर इदा थले अग बालनी अग बालण वाला भी बंदा पूरा तजर्बे वाला चाहीदा क्योंकि पत्त थले ना लग जाए जां किद्दां सेक किन्ना रखना सारा कुछ कि नहीं दिओ सा तूं तो चूहा गौड़ दा चूहा भी हुंदा कई बार खादा ही होना दिओ सा नहीं वो नक वाला नहीं भरावा कहिंदे गौड़ वाला कहना है एक आ साडा मेन बंदा ये भी गौड़ किद्दां खाई है ना इन्हें आज छुट्टी दी थी या मेनू कहंदा नहीं देना आ कहंदा बोरा ना चक्के ले जी मेनू कहंदा या बोरा ले जाना उन्हें चक्के आ ते लेके जाना ओ देखे पेसी खड़ी है ओ ले जाबे बोरा मैं ले जाना चलो उठ चलो चल के आज आपा रखिए ते मोटरसाइकिल देखे बोरे दे ओ बोरे दे कदा मुंह भरया ने हैं आओ ते मोड़ के जदों ऐन पत लग गई जी फिर एदे विच आ जाना ਇਥੋਂ ਵੀ ਹੁਣ ਕਿੱਦਾਂ ਪੇਸੀ ਕੱਟ ਹੁੰਦੀ ਆ ਉਹ ਤੁਹਾਨੂੰ ਦਿਖਾਉਣੇ ਆ ਇਧਰ ਨੂੰ ਹੋ ਜਾ ਉਹ ਤਾਂ ਪਤਾ ਉੱਠ ਗਈ ਨਹੀਂ ਜਾਂਦੀ ਮੈਂ ਨਹੀਂ ਜਾਂਦੀ ਹਾਂ ਆ ਦੇਖੋ ਪੇਸੀ ਬਣਦੀ ਪੂਰੀ ਇੱਥੇ ਬਹਿ ਜਾ ਨਹੀਂ ਜਾਂ ਉਹ ਲੈ ਇਹਨੇ ਗੋੜੀ ਬਿਠਾਲਤਾ ਸਾਰਾ ਉਹ ਆ ਦੇਖੋ ਇਹਦਾ ਇੱਕ ਲੱਕੜ ਦੀ ਖੁਰਪੀ ਹੁੰਦੀ ਆ ਚੰਨਣੀ ਕਹਿੰਦੇ ਆ ਇਹਨੂੰ ਤੇ ਫੇਰ ਇਦਾਂ ਕਰਕੇ ਉਹਨੂੰ ਚੁੱਬਾ ਤੇ ਇਹਨੂੰ ਚੰਨਣੀ ਇਹ ਦੇਸੀ ਭਾਸ਼ਾ ਅੱਛਾ ਇਹ ਤੱਤਾ ਤੱਤਾ ਗੁੜ ਸਵਾਦ ਵੀ ਬਹੁਤ ਹੋਣਾ ਹੈ ਮਾਨੇ ਖਾ ਲੈਣ ਤੱਤਾ 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 ਨਹੀਂ ਦੇਣਾ ਲੂਗਾ ਤੱਤੇ ਤੇ ਕੀ ਸੋ ਹੈ ਇਹ ਗੁੜ ਜਦੋਂ ਮਰਜੀ ਖਾ ਲਓ ਸਵਾਦ ਹੀ ਹੁੰਦਾ ਇੰਨਾ ਕੀ ਇਹ ਤੂੜੀ ਚ ਰੱਖਿਆ ਕਿ ਸੇ ਗਿਆ ਬਸ ਤੇ ਨਹੀਂ ਖਾਣ ਵਾਲਾ ਰਹਿੰਦਾ ਜਿਹੜਾ ਚਾਹ ਚ ਚਾਹੀਦਾ इधर पहले बनाती इदा झोक हुंदा हजे रास हुआ एक पत्त होर लिथूगी बाद दे विच ਇਹ ਹੁੰਦਾ ਜਿਹੜਾ ਆਮ ਉਹ ਗੁੜ ਨੇਗਾ ਜਿਹੜਾ ਵਿੱਚ ਖੰਡ ਪਾ ਕੇ ਆਮ ਹੀ ਮਿਲਾਵਟ ਵਾਲਾ ਇਹ ਘਰ ਵਾਲਾ ਇਹ ਦਿੰਦੇ ਵੀ ਨਹੀਂ ਛੇਤੀ ਕਿਸੇ ਨੂੰ ਉਹ ਜਿਹੜਾ ਭਾਈ ਆ ਸਾਡਾ ਉਹ ਗੁੱਸੇ ਵਾਲਾ ਉਹ ਦੇ ਕਹਿੰਦਾ ਹਜੇ ਨਾ ਖੋਲ ਹਜੇ ਨਾ ਖੋਲ ਔਰਗੈਨਿਕ ਆ ਸਾਰੇ ਰਸਾਇਣਿਕ ਨਹੀਂ ਹੈਗਾ ਉਹ ਗੰਨੇ ਦੇਖ ਲਓ ਕਿੱਡੇ ਕਿੱਡੇ ਕ ਵਧੇ ਆ ਕਿਤੇ ਉਹ ਗੰਨੇ ਉਹ ਸਹੀ ਗੱਲ ਜੇ ਆਪਾਂ ਖਾਦ ਪਾਉਂਦੇ ਜਾਂ ਦੂਜਾ ਫਿਰ ਗੰਨੇ ਮੋਟੇ ਹੁੰਦੇ ਪਰ ਆ ਦੇਖ ਲਓ ਬਰੀਕ ਗੰਨੇ ਦੇਸੀ ਗੰਨਾ ਵੀ ਮਤਲਬ ਬਿਨਾਂ ਖਾ ਬਿਨਾਂ ਖਾਦ ਤੋਂ ਸੇਕ ਪੈ ਗਿਆ ਨਾ ਥੱਲੇ ਮੇਰੇ ਇਦਾਂ ਲੱਗਦਾ ਜਿੱਦਾਂ ਘੜੇ ਚੋਂ ਨਹੀਂ ਮੁਸ਼ਕਲ ਆਉਂਦਾ ਪੂਰਾ ਬਣਿਆ ਹੁੰਦਾ ਇਦਾਂ ਦੇ ਟੋਕ ਦਾ ਤਾਏ ਨੇ ਅੱਜ ਤਾਈਂ ਖੰਡ ਨਹੀਂ ਖਾਦੀ ਉਸ ਤਾਏ ਤਾਈਓ ਇਦਾਂ ਕੰਮ ਕਰਦਾ ਤੇ ਆਪਾਂ ਖਾਂਦੇ ਆ ਆਪਾਂ 10 12 15 ਆਪਾਂ ਨਹੀਂ ਗੋੜਨ ਵਾਲਾ ਵਾ ਇੱਥੇ ਪਾਵਾਂ ਖਾ ਲੈ ਹਾਂ ਹੁਣ ਨਹੀਂ ਛੱਡਦਾ ਜੇ ਖੰਡ ਖਾਂਦਾ ਤਾਂ ਇਹਨੂੰ ਸ਼ੂਗਰ ਹੋ ਜਾਣੀ ਸੀ ਉਹ ਹੀ ਤਾਂ ਗੱਲ ਵਾ ਉਹ ਤਾਂ ਮੰਜੇ ਤੇ ਪਿਆ ਉਹ ਹੀ ਤਾਂ ਗੱਲ ਵਾ ਇਹ ਤਾਏ ਦਾ ਇਹ ਸੂਲ ਆ ਨਾ ਆਪ ਟਿਕਣਾ ਨਾ ਇਹਨਾਂ ਦੋਵਾਂ ਨੂੰ ਟਿਕਣ ਦੇਣਾ ਇਹ ਭਜਾਉਣ ਗਏ ਸੀ ਪਰ ਰਾਜ ਥੱਕ ਗਏ ਫੇਰ ਉਦਾਂ ਹੀ ਮੋੜ ਲਿਆਂਦੇ ਕੱਲ ਮੇਲੇ ਮੱਥਾ ਟਿਕਾ ਕੇ ਲਿਆਏ ਪਰ ਜਿਹੜੇ ਮੱਥਾ ਟਿਕਾਉਣਾ 2500 ਉਹਨਾਂ ਨੂੰ ਵੀ ਦੇਈ ਜਾਂਦੇ ਸੀ ਹਨਾ
ਆਹੋ ਚਲੋ ਐ ਸੀ ਚੱਕ ਲਈ ਦੇਖ ਹੁੰਦਾ ਹੈ ਚਾਚਾ ਛੱਡਦੇ ਕੋਈ ਨਹੀਂ ਕਿਤੇ ਨਹੀਂ ਭੱਜਲਾ ਬੋਰਾ ਉਹਨੇ ਫੇਂਸੀਆਂ ਹੀ ਫੇਂਤੀਆਂ ਉਰੇ ਆ ਜਾ ਪੱਤ ਨਰਮ ਆ ਯਾਰ ਉਹ ਫੇਂਤੀਆਂ ਪੱਤ ਨਰਮ ਦੇ ਜਾਓ ਫੇਂਸੀਆਂ ਫੇਂਤੀਆਂ ਉਹ ਕਹਿੰਦਾ ਘਰ ਇਹ ਲੈਣ ਆਏ ਗੋੜ ਕਿਤੇ ਬੋਰਾ ਇਹਨਾਂ ਚੱਕ ਕੇ ਲੈ ਜਾਣ ਕਿੰਨਾ ਖਾਤਾ ਗੋੜ ਨਰਮ ਲੇਰ ਦਾ ਉਦਾਂ ਹੀ ਫਿਸਦਾ ਨਾ ਕਿੰਨਾ ਖਾਤਾ ਗੋੜ ਵੇ ਉੱਤੇ ਹੱਲੇ ਦਾ ਸਕੂਲੋਂ ਆ ਕੇ ਸ਼ੁਰੂ ਹੀ ਹੋਇਆ ਅੱਛਾ ਜਾਨ ਨਹੀਂ ਲੱਗਦੀਆਂ ਸਕੂਲੇ ਗਿਆ ਹੈ ਬੋਲਦਾ ਨਹੀਂ ਨਾ ਹੈ ਬੋਲਦਾ ਤਾਂ ਨਹੀਂ ਵੀ ਬੂਰਾ ਨਾ ਚੱਕ ਲੈ ਉਹ ਬੂਰਾ ਲੈ ਹੀ ਆਈ ਜੇ ਯਾਰ ਪਾਉ ਪਾਉ ਹੱਥ ਪਾਉ ਪਾਉ ਲੈ ਜੀ ਇਹ ਬੂਰਾ ਬਈ मेनू दस्यो मैं दोने नौ सौ साजा करो बिल्ली आई इत कर गुड़ निकलता इधर मूह नी किता राखी बिठाया बंदा चकना इधर नू आवो इत्थे पता नहीं कोई खास घर इन शुद्ध इन कहते होने की होंगी चाह पत्ती जिन्ने बेचन आंदे खंड हुंदी आ जो चाह च पाई फुट जांदी चाह दुध मधुमक्खियां रस दे ठंडी करती लिया फिर आला की बने वर्दी भी नहीं पाई कल दी वर्दी लबेड़ी अज वर्दी नहीं पाई अज भी लबेड़ ला अमन
बोरा चक के ना ले जाना साडा बहुत घट पींदे अगे बनाउंदे हुंदे सी रस वाले चौल ਉਹ ਤਾਂ ਪੱਕੇ ਹੀ ਹੁੰਦੇ ਸੀਗੇ ਸਾਲਾਂ ਤੋਂ ਫ੍ਰੀ ਇੱਥੇ ਘੱਟੋ ਘੱਟ 100,000 ਬੰਦਾ ਆਉਂਦਾ ਸਵੇਰ ਤੋਂ ਸ਼ੁਰੂ ਹੋ ਜਾਂਦਾ ਸ਼ਾਮਾਂ ਤਾਈਂ ਇਹਨਾਂ ਨੇ ਆਪ ਹੀ ਗੰਨੇ ਸਾਫ ਕਰਨੇ ਆਪ ਹੀ ਸਾਰਾ ਕੁਝ ਕਰਨਾ ਬਸ ਉਹਨਾਂ ਨੇ ਰਾਸ ਹੀ ਲਜਾਣੀ ਆ ਸੇਵਾ ਕਰਦੇ ਆ ਕਈ ਵੇਲੇ ਗੰਨੇ ਮਤਲਬ ਨਹੀਂ ਵੀ ਕੋਲ ਹੁੰਦੇ ਤਾਂ ਵੀ ਭਮਾ ਕਿਤੇ ਲਿਆਉਣੇ ਪੈਣ ਪਰ ਹਰ ਸਾਲ ਸੇਵਾ ਜ਼ਰੂਰ ਕਰਦੇ ਆ ਪਹਿਲਾਂ ਲਿਆਂਦੇ ਸੀ ਪਰ ਹਾਂ ਜਿਹੜੇ ਸਾਰ ਮੁੱਲ ਵੀ ਲਿਆ ਕੇ ਕਰਦੇ ਆ ਜਿੱਦਾਂ ਮਤਲਬ ਪਤਾ ਹੁੰਦਾ ਨਾ ਫੇਰ ਤੇ ਡੋਲੂ ਫੜ ਕੇ ਆ ਜਾਣਾ ਆ ਕਈਆਂ ਯਾ ਗਵਾਂਟਲ ਕਹਿੰਦੇ ਪਿਛਲੀ ਵਾਰੀ ਮੁੱਲ ਲਿਆਂਦੇ ਤੇ ਫੇਰ ਆਸ ਭੜਾਈ ਸਾਰਿਆਂ ਨੂੰ ਕਿਉਂਕਿ ਉਹ ਜਿਹੜਾ ਸਾਡਾ ਭਾ ਆਇਆ ਤਾਂ ਉਹਦਾ ਦਿਲ ਬਹੁਤ ਆ ਕਿਹੜੇ ਬੰਦੇ ਨੂੰ ਲਿਆ खर्चीला वाला मैं देखी आप खोली रंग साफ हो जांदा गुड़ दा रंग फर्क पै गया नहीं तो इन्हें बुलेट मोटरसाइकिल ले आना ही कल ये दोने बहुत भज्जे नाले आ जी ਨੀ ਭਾਜੀ ਜੀ ਨਹੀਂ ਲੱਗਾ ਕੀ ਗੱਲ ਹੋਈ ਉਹ ਕਿਹੜਾ ਆਇਆ ਭਾਜੀ ਨਾ ਹੀ ਨਹੀਂ ਆਹ ਇਹ ਭਾਜੀ ਵਿਆਹ ਕਰਾਉਣਾ ਆ ਗਿਆ ਉਹ ਕਿਹੜਾ ਆਇਆ ਹਰਵਿੰਦਰ ਭਾਜੀ ਆਇਆ ਦੇਖ ਲੈ ਟਿਕਿਆ ਹੀ ਆ ਰਾਂ ਨਾ ਨਿਆਰੇ ਨਾ ਉਹ ਦੇਖ ਲੈ ਹਾਂ ਉਹ ਵੀ ਟਿਕਿਆ ਹੀ ਆ ਦੱਸ ਇੰਨੀਆਂ ਕੁੜੀਆਂ ਫਿਰਦੀਆਂ ਮਹਿਮਾ ਹੋਇਆ 2 ਲੱਖ लो जी तुहानू सारा गुड़ बन दा आपां दिखाता आ वी किदां किदां पिंडां च गुड़ बनदा पता तुहाडा सारिआं नूं ना कईआं वीरां नूं नहीं वी पता हुंदा तूं की लैई हुण मैं मेथी धनिया लै वी हुण मेथी धनिया जिहड़ा अपना खूह ते बीजिआ सीगा पालक पूलक होई आ ते ਉਹ ਲੈ ਚੱਲੇ ਆ ਸ਼ਲਗਮ ਬਣਾਵਾਂਗੇ ਤੇ ਸ਼ਲਗਮਾਂ ਚ ਕੱਟ ਕੇ ਪਾਵੇ ਬੜੇ ਸਵਾਦ ਤੇ ਹੋਰ ਵੀਰ ਸਾਡੇ ਸਾਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਚੈਨਲ ਨੂੰ ਵੀ ਕਰ ਲਓ ਸਬਸਕ੍ਰਾਈਬ ਹਾਂ ਤੇ
ਤੇ ਵੀਡੀਓ ਸਾਡੀ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਲੌਗ ਜ਼ਰੂਰ ਦੇਖਿਆ ਕਰੋ। ਹੁਣ ਇੱਦਾਂ ਛੋਟੀ ਛੋਟੀ ਦੇਸੀ ਭਾਵਾਂ ਅਸੀਂ ਖੂਹ 'ਤੇ ਹੁਣ ਕੰਮ ਕਰਨਾ ਮਤਲਬ ਘੱਟ ਗਏ ਹਾਂ ਜਾਂ ਛੱਡ ਹੋ ਗਿਆ ਕਿਸੇ ਤਰ੍ਹਾਂ, ਪਰ ਅਸੀਂ ਪਿੰਡਾਂ ਵਾਲੇ ਬਲੌਗ ਬਣਾਇਆ ਕਰਨੇ ਹਾਂ ਜਿਹਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਨਵੀਂ ਚੀਜ਼ ਰੋਜ਼ ਦਿਖਾਇਆ ਕਰਾਂਗੇ। ਠੀਕ ਆ ਜੀ। ਕਈ ਲੋਕੀ ਇਹਨਾਂ ਦੀਆਂ ਸਬਜ਼ੀਆਂ ਬਣਾਉਂਦੇ ਆ। ਚਲੋ ਜੀ, ਓਕੇ ਬਾਏ। ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬਲੌਗ ਸਾਡੇ ਜ਼ਰੂਰ ਦੇਖਿਆ ਕਰੋ। ਮਿਲਦੇ ਹਾਂ ਫਿਰ ਨੈਕਸਟ ਬਲੌਗ 'ਤੇ। ਓਕੇ ਬਾਏ, ਧੰਨਵਾਦ। ਜਿਉਂਦੇ ਵਸਦੇ ਰਹੋ।